फिर जावे ता जावे सादा सिक्की से दसदा जावे फिर जावे ता जावे सादा सिक्की से दसदा जावे गुरमुख मुक्ता गुरमुख जुगता जो गुरां द्वारा प्राप्त हुए ना प्राप्त हुए गुरसिख जिन्हां नूं दुखी वेख के करना फुरजी है सुखी वेख के मित्री भाव करदे हन अते किसे दी प्रभुता वेख के सरदे नहीं मोता प्रसन्न हुंदे है जिहड़ा नाम मनवाण उपदेश दा हठ नहीं करदे समझदे कि जदों दे भाग होणगे उस वेले आपे उपदेश धार लेगा क्यों जिन्हां ने करना मित्री मोता पेखिया ये गुण वसदे है ऐसे सरला वाले जो गुरमुख पुरखां दे जीवन मुक्त गुरमुख मुक्ता वो गुरमुख मुक्त है गुरां द्वारा जो वरोसाए हन रोम रोम हर ध्यान वाले बैस रोध गवाउण वाले वो मुक्त हन गुरमुख गुरमुख जुगता जुड़े हुए भी गुरमुख है परमेश्वर के गुरमुखां दी संगति जुड़न दा तरीका है गुरमुखां दे पास ही जीवन मुक्ति दीआं जुगतियां हन गीआं इस प्रकार गुरमुखी ब्रह्म विच लिव ला के जुड़े हुए हन गुरमुख ज्ञानी गुरमुख भगता अते गुरमुखी ब्रह्म ज्ञानी हन ते गुरमुखी तत विच हो के बकतब करने वाले हन स्वरूप दे लखण शक्ति वृत्ति करके जो स्वरूप नहीं कहा जांदा ਉਹ ਲੱਖਣਾ ਵਿਰਤੀ ਕਰਕੇ ਵਕਤਬ ਕਰਕੇ ਕਥਨ ਕਰਦੇ ਹਨ ਧੰਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਜੋ ਗ੍ਰਸਤ ਵਿੱਚ ਹੈ ਤਾਂ ਵੀ ਜਿਵੇਂ ਜਨਕ ਵਿਦੇਹੀ ਸੀ ਇਸ ਪ੍ਰਕਾਰ ਜੋ ਗ੍ਰਸਤੀ ਹੈ ਤਾਂ ਵੀ ਗੁਰਮੁਖ ਹੀ ਧੰਨ ਹੈ ਅਤੇ ਜੇ ਉਦਾਸ ਹੋਣਗੇ ਸੰਸਾਰ ਤੋਂ ਤਾਂ ਵੀ ਗੁਰਮੁਖ ਹੀ ਹੈ ਜਿਹੜੇ ਧੰਨਤਾ ਦੇ ਯੋਗ ਹਨ ਗ੍ਰਸਤ ਵਿੱਚ ਰਹਿ ਕੇ ਉਦਾਸ ਰਹਿਣ ਵਾਲੇ ਗੁਰਮੁਖ ਧੰਨਤਾ ਦੇ ਯੋਗ ਹੈ ਧੰਨ ਗਿਰਹੀ ਧੰਨ ਹੈ ਗੁਰੂ ਜਿਨ੍ਹਾਂ ਦੀ ਸ਼ਾਂਤੀ ਰੂਪ ਇਸਤਰੀ ਹੈ ਅਤੇ ਸੰਤੋਖ ਰੂਪੀ ਜਿਸਦਾ ਪਿਤਾ ਹੈ ਸ਼ਿਵਾ ਰੂਪੀ ਜਿਸਦੀ ਮਾਤਾ ਹੈ ਗਿਆਨ ਰੂਪੀ ਜੀ ਦਾ ਪੁੱਤਰ ਹੈ ਇਹੋ ਜਿਹਾ ਦ੍ਰਿਸ਼ਟੀ ਵੀ ਧੰਤਾ ਦੇ ਜੋ ਗੁਰਮੁਖ ਉਦਾਸੀ ਗੁਰਮੁਖ ਜਿਨ੍ਹਾਂ ਨੂੰ ਤ੍ਰਿਸ਼ਨਾ ਰੂਪੀ ਚੰਡਾਲਣੀ ਛੱਡ ਦਿੱਤੀ ਹੈ ਅਤੇ ਜਿਨ੍ਹਾਂ ਨੂੰ ਦੁਬਧਾ ਰੂਪੀ ਕੁੜੀ ਨੂੰ ਦੂਰ ਕਰ ਦਿੱਤਾ ਹੈ ਜਿਨ੍ਹਾਂ ਨੂੰ ਧੀਰ ਦੀ ਰੂਪੀ ਸਾਧ ਸੰਗੇ ਜੀ ਇਸ ਪ੍ਰਕਾਰ ਖੋਟੇ ਪਦਾਰਥਾਂ ਦਾ ਜਿਹੜਾ ਸੁਭਾਅ ਸੀ ਇਹ ਕੁਸੰਗਤ ਰਾਗ ਦਾ ਸੀ ਪੁੱਤਰਾਂ ਦਾ ਤਿਆਗ ਕਰਤਾ ਐਸਾ ਉਦਾਸੀਨ ਜਿਹੜੇ ਉਦਾਸੀ ਹੈ ਉਹ ਵੀ ਧੰਤਾ ਦੇ ਯੋਗ ਹਨ ਗੁਰਮੁਖ ਕੀਮਤ ਪਾਏ ਅਤੇ ਗੁਰਮੁਖ ਦਰਜੇ ਨੂੰ ਪ੍ਰਾਪਤ ਜਿਹੜੇ ਹੋਏ ਉਹ ਹੀ ਬ੍ਰਹਮ ਸਰੂਪ ਦੀ ਕੀਮਤ ਨੂੰ ਪਾਉਣ ਵਾਲੇ ਹਨ ਹੇ ਪਿਆਰੇ ਜੀ ਹਉ ਮੈਂ ਵਾਧਾ ਗੁਰਮੁਖ ਸੂਤਾ ਕਿਵੇਂ ਗਿਆ ਕਹਿੰਦੇ ਹਉ ਮੈਂ ਕਰਕੇ ਮੈਂ ਦੇਹ ਹਾਂ ਮੇਰੀ ਦੇਹ ਹੈ ਇਸ ਪ੍ਰਕਾਰ ਮੈਂ ਕਾਰਨ ਦੇਹ ਹਾਂ ਮੈਂ ਸੂਖਮ ਦੇਹ ਹਾਂ ਕਾਰਨ ਦੇਹ ਦੇ ਵਿੱਚ ਤਾਂ ਬ੍ਰਹਮਾ ਵਿਸ਼ਨ ਸ਼ਿਵ ਜੀ ਵਜੇ ਹੋਏ ਹੈ ਸੂਖਮ ਦੇਹਾਂ ਚ 33 ਕਰੋੜ ਦੇਵਤਾ ਵਜੇ ਹੋਏ ਹਨ ਸਥੂਲ ਦੇਹ ਵੀ ਹਾਲ ਤੱਕ ਜੀਵ ਵਜੇ ਹੋਏ ਹਨ ਇਸ ਪ੍ਰਕਾਰ ਹਉ ਮੈਂ ਵਾਧਾ ਗੁਰਮੁਖ ਹਉ ਮੈਂ ਕਰਕੇ ਜੀਵ ਵਜੇ ਹੋਏ ਹੈ ਜਿਹੜੇ ਗੁਰਮੁਖਾਂ ਨੇ ਉਹ ਛੁਟਕਾਰਾ ਪਾਇਆ ਹੈ ਉਹਨਾਂ ਨੇ ਗੁਰਮੁਖ ਹਉ ਮੈਂ ਤੋਂ ਰਹਿਤ ਹੋ ਕੇ ਸੂਖਮ ਸਥੂਲ ਕਾਰਨ ਦੇਹ ਵੀ ਹੰਗਤਾ ਮਿਟ ਗਈ ਉਹਨਾਂ ਦੀ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖਾਂ ਉਹਨਾਂ ਦਾ ਹੀ ਆਉਣਾ ਜਾਣਾ ਜਿਹੜਾ ਜਨਮ ਮਰਨਾ ਸੀ ਇਹ ਟੁੱਟ ਗਿਆ ਨਿਰਤ ਹੋ ਗਿਆ ਹੈ ਗੁਰਮੁਖ ਕਰਮ ਗੁਰਮੁਖ ਨਿਹ ਕਰਮ ਗੁਰਮੁਖ ਉਹ ਕਰਮ ਜੇ ਸਮਾਨ ਕਰਮ ਵੀ ਕਰਦੇ ਗੁਰਾਂ ਦੀ ਸੇਵਾ ਸਰਦਾ ਟਹਿਲ ਇਹ ਜਿਹੜੇ ਸਮਾਨ ਕਰਮ ਹੈ ਇਹਦੇ ਫਲ ਦੀ ਇੱਛਾ ਤੋਂ ਰਹਿਤ ਹੋ ਕੇ ਸਮਾਨ ਕਰਮ ਵੀ ਗੁਰਮੁਖੀ ਕਰਦੀ ਹੈ ਤੇ ਗੁਰਮੁਖੀ ਕਰਮਾਂ ਦੇ ਫਲ ਦੀ ਇੱਛਾ ਤੋਂ ਰਹਿਤ ਹੋ ਕੇ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਲਾ ਕੇ ਇਸ ਪ੍ਰਕਾਰ ਨਿਸ਼ਕਾਮੀ ਵੀ ਗੁਰਮੁਖ ਹੈ ਕਾਮਨਾ ਤੋਂ ਰਹਿਤ ਹੋਣੇ ਕਰਕੇ ਜੀਵਨ ਮੁਕਤੀ ਆਨੰਦ ਮਾਣਦੇ ਹੈ ਫਿਰ ਉਹਨਾਂ ਨੂੰ ਜਨਮ ਧਾਰ ਕੇ ਕਰਮਾਂ ਦਾ ਫਲ ਨਹੀਂ ਭੋਗਣਾ ਪੈਂਦਾ ਕਿਉਂ ਗੁਰਮੁਖੀ ਸਮਾਨ ਕਰਮ ਕਿਰਪਾ ਕਰਨ ਵਾਲੇ ਵੀ ਗੁਰਮੁਖ ਹੈ ਤੇ ਨਿਸ਼ਕਾਮੀ ਕਾਮਨਾ ਤੋਂ ਰਹਿਤ ਵੀ ਗੁਰਮੁਖ ਹਨ ਗੁਰਮੁਖ ਕਰੇ ਸੋ ਸੁਭਾਏ ਗੁਰਮੁਖ ਜੋ ਕਰਦੇ ਸੁਭਾਵ ਕੀ ਸੋ ਪਰਮੇਸ਼ੁਰ ਨੂੰ ਭਾਉਂਦਾ ਹੈ ਉਹ ਸੁਤੋ ਸਿੱਧ ਕਰਦੇ ਹੈ ਸੰਗਤਾਂ ਨਹੀਂ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਕਿ ਮੈਂ ਇਹ ਸੰਚਿਤ ਕਰਮ ਹੈ ਮੇਰੇ ਪਰਾਰਭ ਨੂੰ ਕਰਮ ਹੈ ਕਿਰੇ ਮਾਨ ਕਰਮ ਹੈ ਗਿਆਨ ਕਰਕੇ ਸਾਰਿਆਂ ਕਰਮਾਂ ਦੀ ਸੰਗਤਾਂ ਸਾਰ ਦਿੱਤੀ ਹੈ ਗੁਰਮੁਖ ਸੁਖੀਆ ਗੁਰਮੁਖੀ ਆਤਮ ਆਨੰਦ ਨੂੰ ਪਾ ਕੇ ਉਹ ਸੁਖੀ ਹਨ ਜੈਸਾ ਗੁਰਮੁਖਾਂ ਨੂੰ ਸੁਖ ਹੈ ਵਸਿਸ਼ਠੀ ਜੀ ਨੇ ਲਿਖਿਆ ਹੈ ਕਿ ਬ੍ਰਹਮਾ ਜੀ ਨੂੰ ਸਾਰੀ ਉਮਰ 'ਚ ਜਿੰਨਾ ਸੁਖ ਹੈ ਜੀਵਨ ਮੁਕਤ ਪੁਰਖ ਜਿਹੜਾ 14 ਵਾਰੀਆਂ ਖੋਲਦਾ ਅਤੇ ਮਿਲਦਾ ਹੈ ਬ੍ਰਹਮਾ ਨੂੰ
ਉਹ ਜਿਸ ਦੀ ਉਮਰ ਬੜੀ ਭਾਰੀ ਲੰਮੀ ਹੈ ਉਹਨੂੰ ਸਾਧ ਸਿੰਘ ਜੀ ਸਾਰੀ ਉਮਰ ਚ ਓਨਾ ਸੁੱਖ ਨੀ, 14 ਵਾਰੀਆਂ ਖੋਲਣ ਵਿੱਚ ਜੀਵਨ ਮੁਕਤ ਨੂੰ ਜਿੰਨਾ ਸੁੱਖ ਹੈ। ਇਸ ਕਰਕੇ ਪੂਰਾ ਸੁੱਖ ਜੋ ਹੈ ਜਿਸ ਸੁੱਖ ਦੀ ਬਾਬਤ ਹਜ਼ੂਰ ਨੇ ਕਿਹਾ ਹੈ ਕਈ ਬਕੁੰਨੀ ਲਵੇ ਲਾਗੇ ਮੁਕਤ ਬਕਰੀ ਦੀ ਗਿਆਨੀ ਤਿਆਗੇ ਸਰੂਪ ਦੀ ਸਿੱਖਿਆ ਕਰ ਸੁੱਖ ਨੂੰ ਉਹਨਾਂ ਨੇ ਪਾਇਆ ਹੈ। ਪਰੋਖ ਸੁੱਖ ਦੀ ਇੱਛਾ ਨਹੀਂ ਰੱਖਦੇ ਕਿਉਂ ਬ੍ਰਹਮਾਨੰਦ ਕਰਕੇ ਗੁਰਮੁਖ ਪੂਰੇ ਸੁਖੀ ਹਨ। ਮਨਮੁਖ ਦੁਖੀਆ ਮਨਮੁਖ ਵਰਗਾ ਦੁਖੀ ਨੀ ਜੂਨਾ ਜੂਨਾ ਭਰਮਦੇ ਰਹਿੰਦੇ ਹੈ, ਸੋਗ ਚ ਮਰਦੇ ਰਹਿੰਦੇ ਹੈ, ਆਜ਼ਾਦ ਹੋਣ ਪਿਆ ਰਹਿੰਦਾ, ਕਦੇ ਆਤਮਾਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂ ਦੁੱਖ ਹੀ ਹੈ ਸਾਰਿਆਂ ਸਾਹਮਣੇ ਚ। ਗੁਰਮੁਖ ਸਨਮੁਖ ਜਿਹੜੇ ਗੁਰਮੁਖ ਨੇ ਉਹ ਹੀ ਮਹਾਰਾਜ ਦੇ ਸਨਮੁਖ ਰਹਿੰਦੇ ਹੈ, ਜਿਹੜਾ ਗੁਰਮੁਖ ਨੀ ਉਹ ਮਹਾਰਾਜ ਦਾ ਸਨਮੁਖ ਸਿੱਖ ਨਹੀਂ ਹੋ ਸਕਦਾ। ਉਹ ਜਦੋਂ ਆਗਿਆ ਹੁੰਦੀ ਹੈ ਜਾਂ ਗੁਰ ਕਹੇ ਉੱਠੋ ਮੇਰੇ ਭਾਈ ਬਹਿ ਜਾ ਘੁਸਰ ਬਗਲਾਰੇ, ਜਦੋਂ ਸਰਦਾਂ ਦੀ ਆਗਿਆ ਹੁੰਦੀ ਝਾਤੀ ਉਹ ਘੁਸਰ ਕੇ ਬਗਲਿਆਂ ਵਾਂਗੂ ਨੀਵੀਆਂ ਪਾ ਕੇ ਬਹਿ ਲੈਂਦੀ ਹੈ। ਗੁਰੂ ਸਾਹਿਬ ਦੀ ਆਗਿਆ ਨਹੀਂ ਮੰਨ ਸਕਦੀ, ਜਿਵੇਂ ਪੰਜਾਂ ਪਿਆਰਿਆਂ ਨੇ ਸੀਸ ਦਿੱਤੇ ਸਨ ਮਹਾਰਾਜ ਦੇ ਮੰਗਣ ਤੋਂ, ਜਿਵੇਂ 40 ਮੁਕਤਿਆਂ ਨੂੰ ਕੁਰਬਾਨੀਆਂ ਕੀਤੀਆਂ ਚਮਕੌਰ ਸਾਹਿਬ ਕਿਸਾਨਾਂ ਨੇ, ਇਸ ਪ੍ਰਕਾਰ ਸਾਹਿਬ ਸੰਗਤ ਜੀ ਜਿਹੜੇ ਹਨ ਗੁਰਮੁਖ ਸਨਮੁਖ ਸਨਮੁਖ ਰਹਿਣ ਵਾਲੇ ਗੁਰਮੁਖੀ ਹੈ ਜੂਝਣ ਵਾਲੇ, ਅਤੇ ਮਨਮੁਖ ਬੇਮੁਖੀਆ ਜਿਹੜੇ ਬੇਮੁਖ ਆਦਮੀ ਉਹਨਾਂ ਦਾ ਨਾਂ ਹੀ ਮਨਮੁਖ ਹੈ, ਆਗਿਆ ਨਾ ਮੰਨਣ ਵਾਲੇ ਮਹਾਰਾਜ ਜੀ। ਗੁਰਮੁਖ ਮਿਲੀਏ ਮਨਮੁਖ ਵਿਛੜੇ, ਜਿਹੜਾ ਗੁਰਮੁਖਾਂ ਨਾਲ ਮਿਲਦਾ ਉਹ ਵਾਹਿਗੁਰੂ ਨਾਲ ਮਿਲਿਆ ਮਿਲ ਜਾਂਦੇ ਹੈ, ਜਿਹੜੇ ਮਨਮੁਖਾਂ ਦੀ ਕੁਸੰਗਤ ਕਰਦੇ ਉਹ ਵਿਛੜ ਜਾਂਦੇ ਮਿਲਣ ਵੱਲੋਂ ਮਹਾਰਾਜ ਵੱਲੋਂ। ਗੁਰਮੁਖ ਵਿਦ ਪ੍ਰਗਟਾਏ, ਇਸ ਵਿਧੀ ਨੂੰ ਵੀ ਕੌਣ ਪ੍ਰਗਟ ਕਰੇਗਾ, ਗੁਰਮੁਖੀ ਸਰੂਪ ਦੀ ਸਿੱਖਿਆਤਾ ਰੂਪੀ ਜਿਹੜੀ ਬ੍ਰਹਮ ਵਿਦਿਆ ਦੀ ਵਿਧੀ ਹੈ, ਵਿਧੀ ਪੱਖ ਦੁਆਰਾ ਜੋ ਪਰਮੇਸ਼ੁਰ ਦੀ ਸਿਮਰਨ ਭਗਤੀ ਕਰਨੀ ਹੈ, ਇਸ ਵਿਧੀ ਨੂੰ ਵੀ ਗੁਰਮੁਖ ਹੀ ਪ੍ਰਗਟ ਕਰਦੇ, ਹੋਰ ਨੀ ਕੋਈ ਕਰ ਸਕਦਾ। ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖਾਂ ਦਾ ਅੱਖਰ ਨਾਮ ਮੰਤਰ ਉਹ ਹੈ, ਐਸਾ ਅੱਖਰ ਮੰਤਰ ਹੈ ਜਿਹਦੇ ਕਰਕੇ ਮਨ ਦੌੜਦਾ ਰਹਿ ਜਾਂਦਾ ਹੈ। ਗੁਰਮੁਖ ਆਪਣਾ ਮਨ ਮਾਰਿਆ ਸਭ ਕਸਵੱਟੀ ਲਾਏ, ਐਸੀ ਸਭ ਦੀ ਕਸੌਟੀ ਲਾਉਂਦੇ ਹੈ, ਜਦੋਂ ਮਨ ਪਾਸੇ ਜਾਵੇ ਸਮਝਦੇ ਕਿ ਚੰਚਲ ਹੈ, ਹੁਣ ਹਰ ਵਕਤ ਸ਼ਬਦ ਦੇ ਮੰਤਰ ਦੇ ਵਿੱਚ ਜੋੜੀ ਰੱਖਦੇ ਹੈ, ਕਿਉਂ ਗੁਰਮੁਖਾਂ ਦਾ ਉਹ ਅੱਖਰ ਉਹ ਮੰਤਰ ਹੈ ਉਪਦੇਸ਼, ਧਾਵਤ ਰਹਿਤਾ, ਇਸ ਕਰਕੇ ਮਨ ਦੌੜਦਾ ਰਹਿ ਤੋ ਦੌੜਨ ਹਟ ਜਾਂਦਾ ਹੈ। ਗੁਰਮੁਖ ਉਪਦੇਸ਼ ਦੁੱਖ ਸੁੱਖ ਸੰਸਹਿਤਾ, ਗੁਰਮੁਖਾਂ ਦਾ ਹੀ ਉਪਦੇਸ਼ ਹੈ ਦੁੱਖ ਸੁੱਖ ਨੂੰ ਮਿੱਥਿਆ ਸਮਝਣਾ, ਜਿਵੇਂ ਦੁੱਖ ਹੈ ਉਵੇਂ ਸੁੱਖ ਹੈ, ਦੋਵੇਂ ਅੰਤਾ ਕਰਨ ਦੇ ਸੁਭਾਅ ਹਨ। ਅੰਤਾ ਕਰਨ ਜਦੋਂ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਸੁੱਖ ਮੰਨਦਾ, ਅਤੇ ਜਦੋਂ ਪਦਾਰਥ ਨੂੰ ਵਿਛੜ ਜਾਂਦੇ ਸੋਗ ਮੰਨਦਾ, ਇਸ ਪ੍ਰਕਾਰ ਗੁਰਮੁਖ ਜਿਹੜੇ ਹਨ ਗੁਰਮੁਖ ਉਪਦੇਸ਼ ਦੁੱਖ ਸੁੱਖ ਸੰਸਹਿਤਾ, ਗੁਰਮੁਖਾਂ ਦਾ ਉਪਦੇਸ਼ ਹੈ ਦੁੱਖ ਵੀ ਜਿਹੜਾ ਸੰਸਾਰਕ ਹੈ ਉਹ ਵੀ ਨਾਸ਼ਵੰਤ ਹੈ, ਅਤੇ ਸੁੱਖ ਵੀ ਨਾਸ਼ਵੰਤ ਹੈ, ਸਮਾਨ ਕਰਕੇ ਸਹਾਰਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਸੁੱਖ ਸੁਨੇਹ ਅਰ ਭੈ ਨੀ ਜਾਂਕ, ਕੰਚਨ ਮਾਟੀ ਮਨ, ਐਸਾ ਸੁਭਾਅ ਗੁਰਮੁਖਾਂ ਦਾ ਮਿੱਥਿਆ ਜਾਣ ਕੇ। ਅਤੇ ਜਿਹੜੇ ਭਗਤ ਲੋਕ ਹੈ ਉਪਾਸ਼ਕ ਉਹ ਕਹਿੰਦੇ ਸਾਡੇ ਪਾਪਾਂ ਕੀਤਿਆਂ ਦੇ ਫਲ ਅਨੁਸਾਰ ਦੁੱਖ ਦੇ ਕੇ ਸਾਡੇ ਕਰਮਾਂ ਦਾ ਫਲ ਭੁਗਤਾਉਂਦਾ, ਸੁੱਖ ਦੇ ਕਹਿੰਦੇ ਸਾਡੇ ਪੁੰਨਾਂ ਦਾ ਫਲ ਪਰਮੇਸ਼ੁਰ ਦਿੰਦਾ, ਗੁਰਮੁਖ ਜਿਹੜੇ ਆ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਾਨ ਸਹਾਰਦੇ ਹਨ। ਗੁਰਮੁਖ ਚਾਲ ਜਿਹੜੇ ਉਪਦੇਸ਼ ਹੈ ਗੁਰਮੁਖਾਂ ਦਾ, ਇੱਕ ਰਸ ਬਿਰਤੀ ਰੱਖਣੀ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖਾਂ ਕੋਲ 40 ਮਰਯਾਦਾ ਹੈ ਜਿਸ ਕਰਕੇ ਪਾਰ ਬ੍ਰਹਮ ਪਰਮੇਸ਼ੁਰ ਨੂੰ ਧਿਆਉਂਦੇ ਹਨ ਹਰ ਵਕਤ।